ਸੈਕਟਰੀ ਸਾਹਿਬ ਵੀਰ ਭਾਈ ਭੁਪਿੰਦਰ ਸਿੰਘ ਜੀ ਬਹੁਤ ਹੀ ਪਿਆਰ ਨਾਲ ਸਟੇਜ ਨੂੰ ਸੰਭਾਲਦੇ ਆਏ ਨੇ, ਵਿਦਵਾਨ ਨੇ, ਔਰ ਇਹਨਾਂ ਕੋਲ ਬਣਿਆ ਬਣਾਇਆ ਪ੍ਰੋਗਰਾਮ ਪਹੁੰਚਦਾ, ਜਿਵੇਂ ਪਿੱਛੋਂ ਪ੍ਰਬੰਧਕਾਂ ਵੱਲੋਂ ਹੁਕਮ ਹੁੰਦਾ ਤੇ ਉਹਨਾਂ ਨੇ ਮੈਨੂੰ 40 ਮਿੰਟ ਦਿੱਤੇ ਸਨ, ਉਹ ਸਮਾਪਤ ਹੋ ਗਏ। ਇੱਕ ਤਾਂ 40 ਮਿੰਟ ਦਿੱਤੇ ਨੇ, ਮੈਨੂੰ ਗੁੱਸਾ ਨਹੀਂ ਹੈ। ਸੋਨੂ ਵੀਰ ਜੀ, ਤੁਸੀਂ ਮੈਨੂੰ ਸਿਰਫ 40 ਮਿੰਟ ਦਿੱਤੇ ਨੇ, ਸਾਡੇ ਪ੍ਰਬੰਧਕ ਉਹ ਨੇ। ਅਤੇ ਇੱਕ ਭਾਈ ਭੁਪਿੰਦਰ ਸਿੰਘ ਜੀ ਨੇ ਸ਼ੁਰੂ 'ਚ ਗੱਲ ਆਖੀ ਸੀ ਕਿ ਸਾਡੀ ਕਿਤੇ ਕਾਫਲੇ ਨੂੰ ਨਜ਼ਰ ਨਾ ਲੱਗ ਜਾਏ। ਇਹ ਦੁਖੀ ਨੇ, ਸਿੰਘ ਸਾਹਿਬ ਵੀ ਅੰਦਰੋਂ ਦੁਖੀ ਨੇ, ਬਹੁਤ ਦੁਖੀ ਨੇ, ਕਿਉਂਕਿ ਨਜ਼ਰ ਲੱਗ ਚੁੱਕੀ ਹੈ। ਕੱਲ੍ਹ ਜੋ ਅਸੀਂ ਸੱਚ ਬੋਲਿਆ ਸਿੰਘ ਸਾਹਿਬ ਨੇ, ਔਰ ਮੇਰੇ ਗੀਤ ਨੇ, ਉਹ ਨਜ਼ਰ ਲੱਗ ਗਈ। ਮੈਂ ਧੱਕੇ ਨਾਲ ਹੀ ਸਾਰੇ ਤੁਹਾਨੂੰ ਗੀਤ ਸੁਣਾਏ ਨੇ 2-3, ਨਹੀਂ ਤਾਂ ਉੱਪਰੋਂ ਹੁਕਮ ਸੀ ਕਿਤਿਓਂ, ਪਤਾ ਨਹੀਂ ਕਿੱਥੋਂ, ਕਿ ਅਮਰਿੰਦਰ ਸਿੰਘ ਨੂੰ ਕਹੋ ਅੱਜ ਸਿਰਫ ਬਾਣੀ ਦਾ ਕੀਰਤਨ ਕਰੇ, ਅਸੀਂ ਗੀਤ ਨਹੀਂ ਸੁਣਨੇ। ਕੱਲ੍ਹ ਜੋ ਸੱਚ ਬੋਲਿਆ ਗਿਆ, ਬਾਣੀ ਦਾ ਜੋ ਫੈਸਲਾ, ਉਹ ਬਾਣੀ ਕਹਿੰਦੀ ਹੈ, ਨਹੀਂ ਪਲੀਜ਼ ਮੇਰੀ ਬੇਨਤੀ, ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜੇ ਕੂੜ ਨੇ ਉਹਨਾਂ ਨੂੰ ਲੱਗੀ ਹੈ ਸਾਡੀ ਗੱਲ ਸੱਚ, ਉਹਨਾਂ ਦਾ ਕਸੂਰ ਕੋਈ ਨਹੀਂ। ਮੈਂ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦਾ, ਮੇਰੇ 'ਤੇ ਇਲਜ਼ਾਮ ਨਾ ਆਵੇ, ਮੈਂ ਬੇਨਤੀ ਕਰਾਂ, ਮੇਰੀ ਬੇਨਤੀ ਹੈ, ਨਾ ਸਿੰਘ ਸਾਹਿਬ 'ਤੇ ਕੋਈ ਇਲਜ਼ਾਮ ਆਵੇ ਨਾ ਮੇਰੇ 'ਤੇ। ਅਸੀਂ ਪਿਆਰ ਨਾਲ, ਜਜ਼ਬਾਤਾਂ ਨਾਲ, ਮੈਂ ਗੀਤ 'ਚ ਵੀ ਬੇਨਤੀ ਕੀਤੀ, ਨਾ ਇਹ ਰਿਸ਼ਤਾ ਖੂਨ ਦਾ, ਨਾ ਜਾਤ ਦਾ, ਇਹ ਆਤਮਾ ਦਾ, ਪਿਆਰ ਦਾ, ਜਜ਼ਬਾਤ ਦਾ, ਅਸੀਂ ਉਸ ਜਜ਼ਬਾਤਾਂ ਨੂੰ ਲੈ ਕੇ ਚੱਲੇ ਹੋਏ ਹਾਂ। ਸਾਨੂੰ ਕਿਸੇ ਸੰਸਥਾ ਨਾਲ ਮਤਲਬ ਨਹੀਂ, ਅਤੇ ਨਾ ਅਸੀਂ ਕਿਸੇ ਨੂੰ ਘਟਾਉਣਾ ਚਾਹੁੰਦੇ। ਪਰ ਕੀ ਤੁਸੀਂ ਸੱਚ ਨੂੰ ਸੱਚ ਨਹੀਂ ਕਹਿਣ ਦਿਓਗੇ? ਇਹ ਕੋਈ ਗੱਲ ਥੋੜ੍ਹਾ ਹੋਈ? ਜੇ ਅੱਜ ਤੁਹਾਡੇ ਕੋਲ ਕਬਜ਼ਾ ਹੈ, ਜੇ ਅੱਜ ਤੁਹਾਡੇ ਕੋਲ ਕਬਜ਼ਾ ਹੈ ਤਾਂ ਇਹ ਯਾਦ ਰੱਖਿਓ, ਇਹੀ ਸੰਗਤ ਜੋ ਤੁਹਾਨੂੰ ਬਿਠਾਉਣ ਵਾਲੀ, ਇਹਨਾਂ ਨੇ ਤੁਹਾਨੂੰ ਲਾ ਕੇ ਪਾਸੇ ਮਾਰਨਾ। ਗੁਰੂ ਕਿਰਪਾ ਕਰੇ, ਮੈਨੂੰ ਹਰ ਵਾਰੀ ਇੰਝ ਲੱਗਦਾ ਸੀ ਕਿ ਮੈਂ ਸ਼ਾਇਦ ਇਹ ਮੇਰਾ ਆਖਰੀ ਪ੍ਰੋਗਰਾਮ ਹੈ, ਆਖਰੀ ਪ੍ਰੋਗਰਾਮ, ਹੁਣ ਮੈਂ ਸੱਚ ਕਹਿ ਰਿਹਾ, ਇਹ ਮੇਰਾ ਆਖਰੀ ਪ੍ਰੋਗਰਾਮ ਸੀ, ਕਿਉਂਕਿ ਮਜਬੂਰੀ ਹੋ ਜਾਂਦੀ, ਮੇਰਾ ਅੱਜ ਮੂਡ ਬਿਲਕੁਲ। ਹਾਂਜੀ, ਨਹੀਂ ਮੈਂ ਬੇਨਤੀ ਮੈਨੂੰ ਕਰ ਲੈਣ ਦੋ, ਹੁਣ ਤੁਹਾਡੇ ਤੇ ਵੀ ਕੋਈ ਲਈ ਇਲਜ਼ਾਮ ਨਹੀਂ। ਤੋ ਇਸ ਜਗ੍ਹਾ ਦਾ ਇਹ ਦੁਖਾਂਤ ਨਹੀਂ ਹੈ, ਹੁਣ ਹਰ ਜਗ੍ਹਾ ਤੇ ਸਾਨੂੰ ਮਜਬੂਰ ਕੀਤਾ ਗਿਆ। ਉਹਦਾ ਕਾਰਨ ਮੈਂ ਦੱਸਾਂ ਤੁਹਾਨੂੰ ਕੀ, ਅਸੀਂ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਪਰ ਪੂਰੀ ਕੌਮ ਨੂੰ ਮੈਂ ਬੇਨਤੀ ਕਰਾਂਗਾ, ਜੇ ਸਵਾਕਿਆ ਤੁਸੀਂ ਗੁਰੂ ਦੇ ਸਿੱਖ ਤੇ ਅੰਮ੍ਰਿਤਧਾਰੀ ਹੋਵੋ, ਜਿੰਨੀ ਦੇਰ ਤੁਸੀਂ ਅੰਮ੍ਰਿਤਧਾਰੀ ਨਹੀਂ ਹੋਵੋਗੇ, ਤੁਸੀਂ ਅਮਲੀਆਂ ਦੇ ਗੁਲਾਮ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਦਸ ਸੇ ਕੋਈ ਮਕਤਲ ਮੇਂ ਗਯਾ ਵੋ ਸ਼ਾਨ ਸਲਾਮਤ ਰਹਤੀ ਹੈ।